ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਗੁਰਸਿੱਖ ਪਰਿਵਾਰ ਨਾਲ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਨੇ ਵੱਡ ਵਡੇਰਿਆਂ ਦੀ ਜ਼ੁਬਾਨ ਦੇ ਉੱਤੇ ਫੁੱਲ ਚੜਾਏ ਉਹਨਾਂ ਨੇ ਗੁਰਦੁਆਰਾ ਸਾਹਿਬ ਤੇ ਵਿੱਚ ਸੇਵਾ ਕਰਨ ਜਾਂਦੇ ਸੀਗੇ ਉੱਥੇ ਉਹਨਾਂ ਨੂੰ ਇੱਕ ਜਿਹੜੀ ਅਪਾਹਜ ਲੜਕੀ ਸੀਗੀ ਉਹਨਾਂ ਨਾਲ ਗੁਰਸਿੱਖ ਪਰਿਵਾਰ ਨੇ ਉਹਨਾਂ ਨਾਲ ਵੱਡ ਵਡੇਰਿਆਂ ਨੇ ਜਿਹੜੀ ਗੱਲ ਕੀਤੀ ਵੱਡ ਵਡੇਰਿਆਂ ਦੀ ਜ਼ੁਬਾਨ ਦੇ ਉੱਤੇ ਫੁੱਲ ਚੜਾਏ ਤੇ ਉਹਨਾਂ ਨੇ ਉਹ ਗੁਰਸਿੱਖ ਜਿਹੜੀ ਲੇਡੀ ਸੀਗੀ ਉਹਦੇ ਨਾਲ ਉਹਨਾਂ ਨੇ ਮੈਰਿਜ ਕਰਵਾਈ ਆਓ ਉਸ ਪਰਿਵਾਰ ਨਾਲ ਤੁਹਾਨੂੰ ਮਿਲਣ ਜਾਣ ਰਹੇ ਆ ਸਸੀ ਕਾਲ ਜੀ ਅੱਛਾ ਜੀ ਆ ਜੀ ਨਾਮ ਤੁਹਾਡਾ ਜਗENDER ਸਿੰਘ ਜੀ ਮੇਰਾ ਨਾਮ ਜਗENDER ਸਿੰਘ ਜੀ ਤੁਸੀਂ ਕਿੱਥੇ ਕਿਹੜੇ ਗੁਰਦੁਆਰੇ ਸੇਵਾ ਕਰਦੇ ਸੀ ਕੰਧ ਸਾਹ ਸੇਵਾ ਕਰਦੇ ਨੇ ਭਾਈ ਹਾਂਜੀ ਤੇ ਤੁਹਾਡੀ ਮੈਰਿਜ ਕਿੱਦਾਂ ਹੋਈ ਜਾਨਾ ਨਾ ਐਦਾਂ ਵੀ ਸੇਵਾ ਜਾਂਦੇ ਹੁੰਦੇ ਸੀ ਤੇ ਮੈਂ ਵੀ ਜਾਨਾ ਹਾਂ ਹਾਂਜੀ ਤੇ ਉਹਨੂੰ ਆਂਦੇ ਵੀ ਜਿਹੜਾ ਉੱਥੇ ਕੁੰਦਾ ਭਜਨ ਸਿੰਘ ਕਥਾਵਾਚ ਤੇ ਕਹਿੰਦਾ ਵੀ ਇਹਨਾਂ ਰਿਸ਼ਤਾ ਕਰਾ ਲਈਏ ਨਹਾ ਚਲੋ ਤੁਸੀਂ ਕਰਾ ਦਿਓ ਪੁੱਛ ਲੋ ਨੂੰ ਜੇ ਮੰਨਦੇ ਨੇ ਉਹਨਾਂ ਦਾ ਪਰਿਵਾਰ ਮੰਨਦਾ ਤੇ ਘਰੋਂ ਮੇਰੇ ਵੱਲੋਂ ਆਈਆਂ ਫਿਰ ਉਹਨਾਂ ਪਸਿਆ ਦੇ ਇਹਨੇ ਮੇਰੇ ਪਿਓ ਨੂੰ ਪਸਿਆ ਡੈਡੀ ਨੂੰ ਜੋ ਕਹਿੰਦੇ ਵੀ ਚਲੋ ਕਰ ਲੈਨੇ ਆ ਦੋਨੋਂ ਫਿਰ ਰਿਸ਼ਤਾ ਕਰਕੇ ਤੇ ਚਲੋ ਜੀ ਵਿਆਹ ਹੋ ਗਿਆ ਸਾਡਾ ਤੁਹਾਡੇ ਮਨ 'ਚ ਕਦੀ ਇਦਾਂ ਦਾ ਨਹੀਂ ਖਿਆਲ ਆਇਆ ਕਿ ਉਹ ਅਪਾਹਜ ਹੈ ਤੇ ਮੈਂ ਠੀਕ ਠਾਕ ਹੈਗਾ ਤੇ ਮੈਂ ਉਹਨਾਂ ਨਾਲ ਵਿਆਹ ਕਰਾਉਂਗਾ ਨਹੀਂ ਬਾਬਾ ਜੀ ਅਸੀਂ ਨਹੀਂ ਕੋਈ ਵੀ ਤਾਰੇ ਅਸੀਂ ਤਾਂ ਸਿਰਫ ਜ਼ੁਬਾਨ ਤੇ ਫੋਲੀ ਚਾੜੇ ਸੀ ਵੱਡਿਆਂ ਦੀ ਜ਼ੁਬਾਨ ਰੱਖੀ ਛਾੜੇ ਦਿਲ ਚ ਵੀ ਨਹੀਂ ਕੋਈ ਹੈਗੀ ਵੀ ਇਦਾਂ ਦੀ ਹੈਗੀ ਆ ਅਸੀਂ ਆਖਿਆ ਜੋ ਹੈ ਠੀਕ ਆ ਹਾਂਜੀ ਤੇ ਤੁਹਾਨੂੰ ਕਦੇ ਇਹਨਾਂ ਨੇ ਵੀ ਨਹੀਂ ਤੁਹਾਨੂੰ ਇਹਨਾਂ ਨੇ ਕੋਈ ਗੱਲਬਾਤ ਕੀਤੀ ਨਹੀਂ ਇਹਨਾਂ ਨੇ ਵੀ ਕਦੀ ਕੀਤੀ ਤੇ ਨਾ ਹੀ ਕਦੀ ਕੀਤੀ ਹੈ ਹਾਂਜੀ ਤੇ ਤੁਹਾਡਾ ਗੁਜ਼ਾਰਾ ਕਿੱਦਾਂ ਚੱਲਦਾ ਘਰ ਦਾ ਗੁਜ਼ਾਰਾ ਇਦਾਂ ਹੀ ਆਹੋ ਸਬਜ਼ੀ ਬੀਜੀ ਜੇ ਹਾਂਜੀ ਕੋਈ ਇਹਨਾਂ ਨੂੰ ਤਲਖਾ ਤੋਂ ਕੋਈ ਮਿਲਦੀ ਪਰਸ਼ਨ ਮਿਲਦੀ ਜੇ ਉਹਦੇ ਸਿਰੋਂ ਗੁਜ਼ਾਰਾ ਹੁੰਦਾ ਜੇ ਸਬਜ਼ੀ-ਸਬਜ਼ੀ ਬੀਜ ਕੇ ਗੁਜ਼ਾਰਾ ਕਰ ਲੀਦਾ ਤੇ ਮੁੜ ਕੇ ਆਟਾ-ਆਟਾ ਤੋਂ ਲੈ ਹੁੰਦੇ ਜਿੱਥੇ ਇਹਨਾਂ ਨੂੰ ਮਿਲਦੇ ਪੈਸੇ ਵਾਰ ਦੇ ਕਿੰਨੇ ਜੀਓ ਤੁਸੀਂ ਵਾਰਦੇ ਆ ਹੀ ਇਹੋ ਜੀ ਤਿੰਨ ਚਾਰ ਜੀ ਇੰਸ਼ਾਰੇ ਹਾਂ ਚਾਰ ਜੀਂਆਂ ਤੇ ਉਹ ਫਿਰ ਇਦਾਂ ਗੁਜ਼ਾਰਾ ਹੋ ਜਾਂਦਾ ਜੀ ਹਾਂਜੀ ਤੁਹਾਡੀਆਂ ਬੇਟੀਆਂ ਵੀ ਹੈਗੀਆਂ ਹਾਂਜੀ ਦੋ ਬੇਟੀਆਂ ਨੇ ਇਸ ਸਕੂਲੇ ਜਾਂਦੀਆਂ ਦੋਵੇਂ ਬਾਬਾ ਜੀ ਹਾਂਜੀ ਤੋ ਕਿੱਦਾਂ ਜਾਂਦੇ ਆ ਸਕੂਲ ਤੇ ਉਹ ਤੁਰ ਕੇ ਜਾਂਦੇ ਨੇ ਸ਼ੈਗਰ ਸ਼ੁਗਲ ਵੀ ਨਹੀਂ ਕੋਈ ਵੀ ਉਹਨਾਂ ਕੋਈ ਸਰਕਾਰ ਵੱਲੋਂ ਤੁਹਾਨੂੰ ਜਿੱਦਾਂ ਸਾਈਕਲ ਸਕੀਮ ਆਂਦੀ ਆ ਜਾਂ ਉਹਨਾਂ ਦੇ ਗ੍ਰਾਂਟ ਸਕੀਮ ਆਂਦੀ ਆ ਤੁਹਾਨੂੰ ਸਰਕਾਰ ਵੱਲੋਂ ਕੋਈ ਸਾਈਕਲ ਵੀ ਨਹੀਂ ਦਿੱਤਾ ਗਿਆ ਜਾਂ ਗ੍ਰਾਂਟ ਵੀ ਨਹੀਂ ਕੋਈ ਕੱਖ ਵੀ ਨਹੀਂ ਮਿਲਿਆ ਸਾਨੂੰ ਕਾਫੀ ਵੀ ਨਹੀਂ ਮਿਲਿਆ ਕਿੱਦਾਂ ਘਰ ਦਾ ਗੁਜ਼ਾਰਾ ਕਿੱਦਾਂ ਤੁਹਾਡਾ ਚੱਲਦਾ ਹੈ ਗੁਜ਼ਾਰਾ ਇਹੋ ਹੀ ਸਬਜ਼ੀ-ਸਬਜ਼ੀ ਬਿਜਲੀ ਦੀ ਜੇ ਕਿਸੇ ਵੇਲੇ ਸਬਜ਼ੀ ਨਹੀਂ ਹੁੰਦੀ ਤੇ ਉਹ ਕਿਹੜਾ ਹਾਂਜੀ ਏਦਾਂ ਫਿਰ ਚਲੋ ਚੱਲਣਾ ਹੀ ਪੈਂਦਾ ਜਦੋਂ ਨਹੀਂ ਚੱਲਦਾ ਫਿਰ ਤਾਂ ਕਰਨਾ ਹੀ ਪੈਣਾ ਟਾਈਮ ਪਾਸ ਦੇ ਕੱਢਣੇ ਵੀ ਰਾਸ਼ਨ ਕਾਰਡ ਵੀ ਨਹੀਂ ਤੁਹਾਡਾ ਬਣਿਆ ਨਹੀਂ ਉਹ ਵੀ ਨਹੀਂ ਬਣਾਇਆ ਰਾਸ਼ਨ ਕਾਰਡ ਲੱਗੀ ਤੁਹਾਡੀ ਨਹੀਂ ਮੇਰੀ ਨਹੀਂ ਲੱਗੀ ਇਹਨਾਂ ਦੀ ਲੱਗੀ ਮੇਰੀ ਨਹੀਂ ਲੱਗੀ ਕਰਛਾ ਤੁਹਾਨੂੰ ਕਦੇ ਤੁਹਾਡੇ ਰਿਸ਼ਤੇਦਾਰਾਂ ਨੇ ਕਦੇ ਤੁਹਾਡੇ ਤੁਹਾਡੀ ਘਰ ਦੀ ਦੇ ਰਿਸ਼ਤੇਦਾਰਾਂ ਨੇ ਕਦੀ ਐਨੀ ਗੱਲ ਨਹੀਂ ਜਿਤਲਾਈ ਕਿ ਤੁਸੀਂ ਚੰਗੇ ਭਲੇ ਉਤੇ ਉਹਨਾਂ ਨਾਲ ਤੁਸੀਂ ਮੈਰਿਜ ਕਰਵਾਈਏ ਨਹੀਂ ਉਹਨਾਂ ਵੀ ਨਹੀਂ ਕਦੀ ਆਖਿਆ ਅੱਛਾ ਜੀ ਉਹਨਾਂ ਨੇ ਨਹੀਂ ਕਦੀ ਆਖਿਆ ਨਾ ਤੁਸੀਂ ਕਹਿਣ ਦਾ ਮਤਲਬ ਕੀ ਆਪਣੇ ਜਿਹੜੇ ਬਜ਼ੁਰਗ ਨੇ ਤੁਹਾਡੇ ਵੱਡ ਵਡੇਰੇ ਨੇ ਉਹਨਾਂ ਦੀ ਜ਼ੁਬਾਨ ਦੇ ਉੱਤੇ ਫੁੱਲ ਚੜਾ ਕੇ ਤੁਸੀਂ ਹਾਂ ਜੀ ਹਾਂਜੀ ਹੋਈ ਤੁਹਾਡੀ ਗੱਲ ਜ਼ੁਬਾਨ ਤੇ ਫੁੱਲ ਹੀ ਚੜ੍ਹੇ ਕਹਿਣਾ ਮਤਲਬ ਤੁਹਾਨੂੰ ਪਰਮਾਤਮਾ ਤੇ ਯਕੀਨ ਸੀਗਾ ਕਿ ਜੋ ਪਰਮਾਤਮਾ ਕਰੂਗਾ ਵਧੀਆ ਕਰੂਗਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਹਾਂਜੀ ਤੁਸੀਂ ਦੱਸੋ ਜੀ ਹਾਂਜੀ ਇਹਨਾਂ ਨਾਲ ਮੈਰਿਜ ਹੋਈ ਆ ਹਾਂ ਜੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਮੈਂ ਆਪ ਆ ਹੀ ਤਾਂ ਤੇ ਠੀਕ ਠਾਕ ਨੇ ਹਾਂਜੀ ਲੱਗਦਾ ਤਾਂ ਹੈ ਆ ਪਰ ਜੋ ਇਹ ਆnde ਜਦੋਂ ਮੈਨੂੰ ਨਹੀਂ ਫੀਲ ਹੁੰਦਾ ਫਿਰ ਤੈਨੂੰ ਕਿਉਂ ਫੀਲ ਹੋਏ ਤੇ ਠੀਕ ਠਾਕ ਇਹ ਕਦੀ ਮੈਨੂੰ ਮਾੜੀ ਚੰਗੀ ਨਹੀਂ ਆਖੀ ਇਹਨਾਂ ਨੇ ਤੇ ਜ ਜਿਦਾਂ ਹੀ ਆ ਸਬਜੀ ਬੀਜ ਲਈਦੇ ਤੇ ਖਰਚਾ ਸਾਡਾ ਚੱਲ ਜਾਂਦਾ ਫਿਰ ਪੈਨਸ਼ਨ ਆ ਜਾਂਦੀ ਹੈ 4 ਤਰੀਕ ਨੂੰ ਮੈਂ ਲੈ ਆਉਣੀ ਆ ਜਾ ਕੇ ਤੇ ਇਦਾਂ ਹੀ ਫਿਰ ਜ ਬੱਚਿਆਂ ਦਾ ਵੀ ਖਰਚਾ ਬਥੇਰਾ ਆ ਆ ਸਕੂਲ ਲੈ ਜਾਂਦੀਆਂ ਗਾਈਡਾਂ ਕਦੀ ਕਿਤਾਬਾਂ ਚਾਹੀਦੀਆਂ ਫੇ ਕਹੇ ਵੇਲੇ ਤਾਂ ਸਕੂਲ ਵਾਲਿਆਂ ਨੂੰ ਆਖਿਆ ਤੇ ਹੀ ਇੱਕ ਤੋਂ ਇੱਕ ਦੋ ਕਿਤਾਬਾਂ ਦਿੱਤੀਆਂ ਜਿਹੜੀਆਂ ਜਿਆਦਾ ਉਹ ਉਹ ਵੀ ਮਹਿੰਗੀਆਂ ਕਿਤਾਬਾਂ ਬਹੁਤੀਆਂ ਹੁਣ ਤਾਂ ਉਹ ਵੀ ਨਹੀਂ ਦਿੰਦੇ ਹੈਗੇ ਉਹ ਆਪ ਖਰੀਦ ਕੇ ਲਿਆ ਕੇ ਦੇਣੀਆਂ ਪੈਂਦੀਆਂ ਉਹ ਫਿਰ ਜੋ ਸਾਡੇ ਕੋ ਹੁੰਦਾ ਫਿਰ ਪੈਸੇ ਇਕੱਠੇ ਕੀਤੇ ਹੁੰਦੇ ਉਹ ਫਿਰ ਇਹਨਾਂ ਨੂੰ ਕਈਦਾ ਕਿ ਜਾ ਕੇ ਆਪਣੀ ਕਿਤਾਬਾਂ ਤੇ ਪੈਨ ਲੈ ਆਓ ਫਿਰ ਉਹ ਆਪਣਾ ਪੈਨ-ਪੁਨ ਲੈ ਆਉਂਦੀਆਂ ਕਿਤਾਬਾਂ ਲੈ ਆਉਂਦੀਆਂ ਚਲ ਆਪਣਾ ਪੜਾਈ ਕਰਦੀਆਂ ਪੜਾਉਣਾ ਤਾਂ ਹੈ ਹੁਣ ਇਹਨਾਂ ਨੂੰ ਕਦੇ ਤੁਹਾਨੂੰ ਬੱਚਿਆਂ ਨੇ ਵੀ ਤੰਗ ਪਰੇਸ਼ਾਨ ਨਹੀਂ ਨਹੀਂ ਉਹਨਾਂ ਨੇ ਕਦੀ ਮੈਨੂੰ ਮਾੜੀ ਚੰਗੀ ਆ ਕੇ ਹਾਂਜੀ ਦੋ ਬੇਟੀਆਂ ਤੁਹਾਡੇ ਨਾਲ ਪੂਰਾ ਸਾਥ ਹਾਂਜੀ ਪੂਰਾ ਸਾਥ ਦਿੰਦੀਆਂ ਤੇ ਤੁਹਾਨੂੰ ਐਦਾਂ ਦਾ ਕਦੀ ਫੀਲ ਨਹੀਂ ਹੋਇਆ ਕਿ ਮੈਂ ਪਾਹੀ ਜਾਂਦੀ ਉਹ ਚੰਗੇ ਭਲੇ ਨੇ ਨਹੀਂ ਮੈਨੂੰ ਵੀ ਨਹੀਂ ਕਦੀ ਫੀਲ ਹੋਇਆ ਉਹਦਾ ਤੇ ਇਹਨਾਂ ਨੇ ਕਦੀ ਅਹਿਸਾਸ ਹੀ ਨਹੀਂ ਮੈਨੂੰ ਹੋਣ ਦਿੱਤਾ ਕਿ ਤੇਰੀ ਲੱਤਾਂ ਹੈਗੀਆਂ ਜਾਂ ਨਹੀਂ ਇਹਨਾਂ ਜਿਹੜਾ ਕੰਮ ਮੇਰੇ ਕੋ ਨਹੀਂ ਹੋਣਾ ਉਹਨਾਂ ਨੇ ਆਪੀ ਭਾਂਡੇ ਫੜਾ ਦੇਣੇ ਆ ਆਪੀ ਹਰ ਇੱਕ ਕੰਮ ਕਰਾ ਦੇਣਾ ਨਾਲ ਮਦਦ ਕਰਾ ਦੇਣੀ ਇਹਨਾਂ ਨੇ ਹੜਾ ਮੇਖ 18 ਸਾਲ ਹੋ ਗਏ ਹੁਣੇ ਜੇ ਆ ਕੁੜੀ 16 ਸਾਲਾਂ ਦੀ ਹੋ ਗਈ ਆ ਪਹਿਲਾਂ ਸਾਡਾ ਮੁੰਡਾ ਹੋਇਆ ਸੀ ਉਹ ਵੱਡਾ ਪ੍ਰੈਸ਼ਰ ਨਹੀਂ ਕਰਾਇਆ ਤੇ ਉਹ ਮੱਛਾ ਮਰ ਗਿਆ ਤੇ ਮੜ ਕੇ ਦੂਜੀ ਵਾਰੀ ਆ ਕੁੜੀ ਹੋਈ ਤੇ ਉਹ ਦੂਜੀ ਵੀ ਕੁੜੀ ਹੋਈ ਫੇਰ ਤੇ ਆਂਦੇ ਚੱਲ ਠੀਕ ਹੈ ਬੜਾ ਕੋਜੇ ਰੱਬ ਨੇ ਜਿੰਨਾ ਰੱਖਿਆ ਉੱਥੇ ਤੇ ਫਿਰ ਕੁੜੀਆਂ ਹੀ ਸਾਡੀਆਂ ਅੱਜ ਮੁੰਡੇ ਆ ਹੁਣ ਤੇ ਇਹਨਾਂ ਨੇ ਕਦੀ ਕਦੀ ਨਹੀਂ ਮੈਨੂੰ ਆਖਿਆ ਤਾਨਾ ਵੀ ਨਹੀਂ ਮਾਰਿਆ ਕਿ ਮੁੰਡੇ ਦਾ ਵੀ ਕਿ ਮੁੰਡਾ ਮਰ ਗਿਆ ਜਾਂ ਇਦਾਂ ਹੀ ਨੇ ਕਦੀ ਮੁੰਡੇ ਦਾ ਵੀ ਨਹੀਂ ਅਹਿਸਾਸ ਕਦੀ ਨਾ ਲਿਆ ਨਾ ਇਹਨੇ ਮੇਰੇ ਅੱਗੇ ਨਾ ਕਦੀ ਨਹੀਂ ਲਿਆ ਹੈਗਾ ਤੁਹਾਨੂੰ ਕਦੇ ਕਿਸੇ ਨੇ ਨਹੀਂ ਕਿਹਾ ਕਿ ਤੁਹਾਡੀਆਂ ਬੇਟੀਆਂ ਦਾ ਬੇਟਾ ਨਹੀਂ ਹੈਗਾ ਆਹ ਕਹਿੰਦੇ ਤੇ ਹੈਗੇ ਵਿੱਚ ਵਿੱਚ ਤੇ ਪਰ ਬਰਦਾਸ਼ਤ ਕਰਨ ਤੋਂ ਬਾਅਦ ਸਾਡੇ ਕੋ ਹੁਣ ਚਾਰਾ ਵੀ ਕੀ ਆ ਜੋ ਪਰਮੇਸ਼ਰ ਨੇ ਦਿੱਤਾ ਉਹੀ ਬੜਾ ਕੁੱਝ ਆ ਕਿਹਨਾਂ ਮਤਲਬ ਕੀ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਆਤਮਾਦਮ ਕਰੂਗਾ ਵਧੀਆ ਵਧੀਆ ਕਰੂਗਾ ਤੀਆਂ ਘੜੀਆਂ ਮਾੜੀਆਂ ਦੇ ਸਾਰੇ ਮੈਨੂੰ ਇਹੀ ਸਮਝਾ ਦਿੱਤੀਆਂ ਘੜੀਆਂ ਮਾੜੀਆਂ ਪੁੱਤਰਾਂ ਨਾਲ ਕਿਹੜਾ ਨਾਲ ਨਿਭਣਾ ਤੇ 3 ਹੀ ਹਿਸਾਬ ਕੁਝ ਕਰਦੀਆਂ ਮਾਪਿਓ ਦਾ ਦੁੱਖ ਤੇ 3 ਹੀ ਬਣਾਉਂਦੀਆਂ। ਉਹਦਾ ਵਿਆਹ ਦਾ ਸੁਭਾਅ ਕਿੱਥੇ ਬਣਿਆ ਸੀਗਾ ਤੇ ਸਾਡਾ ਕਨ ਸਾਹਿਬ ਵਿਆਹ ਹੋਇਆ ਸੀ ਤੇ ਕਨ ਸਾਹਿਬ ਇਹ ਮਿਲੇ ਹੀ ਤੇ ਉੱਥੇ ਮੈਂ ਨਾ ਮਾਲਕ ਦੀ ਸੱਚੇ ਪਾਤਸ਼ਾਹ ਸੇਵਾ ਕਰਾਉਂਦਾ ਸੀ ਮੈਂ ਕਿੱਥੇ ਕਰਨ ਜੋਗੀ ਕੁਛ ਹੈਗੀ ਆ ਤੇ ਅਲੀ ਰਾਮ ਮਾਰਦੇ ਹੁੰਦੀ ਹਾਂ ਤੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਜਿੰਨ ਚੱਕ ਉਹਨਾਂ ਨੇ ਕਰਾਈ ਸੇਵਾ ਤੇ ਉਹਨਾਂ ਚ ਕੀਤੀ ਤੇ ਉਦੋਂ ਇਹਨਾਂ ਦੇ ਪਾਪਾ ਤੇ ਸਾਡੇ ਵਿਚੋਲੇ ਉਹਨਾਂ ਨੂੰ ਮਿਲ ਗਏ ਉਹ ਆਂਦੇ ਇਹਨਾਂ ਦੇ ਘਰ ਗੱਲ ਚਲਾਓ ਕਿ ਇਹਨਾਂ ਦੇ ਵਾਦਨ ਪੁੱਛੋ ਕਿ ਮਤਲਬ ਇਹ ਦਿਸਤਾ ਦੇ ਦਿਨ ਸਾਨੂੰ ਤੇ ਆਪਾ ਮੇਰੇ ਆਂਦੇ ਨਹੀਂ ਇਹ ਕੁਛ ਕਰ ਨਹੀਂ ਸਕਦੀ ਮੜਕੇ ਤਈਆ ਖਣਾ ਇਹ ਜਈ ਆ ਤੇ ਇਹਦੇ ਕੋ ਭਾਂਡੇ ਵੀ ਨਹੀਂ ਫੜੇ ਜਾਣੇ ਇਹਰ ਕੋ ਤਾਂ ਤੇ ਹੋਇਆ ਨਹੀਂ ਜਾਣਾ ਤੇ ਤੁਸੀਂ ਫਿਰ ਤੁਹਾਨੂੰ ਮੇਨੇ ਮਾਰੋਗੇ ਮੇਰੀ ਕੁੜੀ ਨੂੰ ਫਿਰ ਧੱਕਾ ਦੋਗੇ ਤੇ ਉਹ ਆਂਦੇ ਨਹੀਂ ਅਸੀਂ ਕੁਛ ਨਹੀਂ ਤੁਹਾਨੂੰ ਬਸ ਕੁੜੀ ਕੁੜੀ ਚਾਹੀਦੀ ਉਹਨਾਂ ਨੇ ਕਹੇ ਇਹਨਾਂ ਨੇ ਕੋਈ ਖਰਚਾ ਨਹੀਂ ਸਾਡਾ ਕਰਾਇਆ ਨਾ ਕਿਤੇ ਦਾਜ ਲਿਆ ਨਾ ਕਿਤੇ ਕੁਛ ਤੇ ਪਾਪਾ ਮੇਰਾ ਇੰਨੇ ਜੋਗਾ ਵੀ ਨਹੀਂ ਵੈਸੇ ਸਿੱਧੀ ਗੱਲ ਹੈ ਇੱਕ ਭਰਾ ਹੈ ਮੇਰਾ ਤੇ ਬਸ ਇਹੀ ਕੁਝ ਹੀ ਤੇ ਉਹਨਾਂ ਨੇ ਚਾਹ ਪਾਣੀ ਵਸਤ ਕੀਤਾ ਤੇ ਇਹਨਾਂ ਨੇ ਬਸ ਫੇਰੇ ਹੋਏ ਤੇ ਘਰ ਨੂੰ ਆ ਗਏ ਆਂ ਤੁਸੀਂ ਉਹਨਾਂ ਕੀ ਜਿਹੜੇ ਪਰਿਵਾਰ ਨੇ ਗੁਰਸਿੱਖ ਪਰਿਵਾਰ ਨੇ ਉਹਨਾਂ ਨੇ ਤੁਹਾਡੀ ਕਦੀ ਮਦਦ ਕਰਨ ਵਾਸਤੇ ਤੁਹਾਨੂੰ ਕਦੀ ਕਿਹਾ ਨਹੀਂ ਜਾਂ ਤੁਹਾਡੀ ਮਦਦ ਕੀਤੀ ਨਹੀਂ ਨਹੀਂ ਕੋਈ ਨਹੀਂ ਮਦਦ ਕਰਦਾ ਹੈਗਾ ਜਿੱਦਾਂ ਤੁਸੀਂ ਗੁਰਦੁਆਰੇ ਜਾਂਦੇ ਹੋ ਤੁਹਾਨੂੰ ਉੱਥੇ ਕਿਸੇ ਨੇ ਵੀ ਨਹੀਂ ਮਦਦ ਕੀਤੀ ਨਹੀਂ ਮੈਂ ਸਾਈਕਲ ਚੜਾਉ ਵੀ ਹਾਂਜੀ ਹਾਂਜੀ ਇਹਦੇ ਨਾਲ ਵੀ ਕਮਜ਼ੋਰ ਹੁੰਦਾ ਸੀ ਇਹ ਮੈਨੂੰ ਉੱਥੋਂ ਰੈੱਡ ਕਰਾਸ ਆਏ ਉਹ ਜਗਰਾਤਾ ਹੋਏ ਉੱਥੋਂ ਮਿਲਿਆ ਸੀ ਆ ਤਿੰਨ ਸਾਲ ਨਹੀਂ ਤਾਂ ਮੈਂ ਪਹਿਲਾਂ ਘਰੇ ਹੀ ਬੱਜੀ ਹੋਈ ਹਾਂ ਤੇ ਤੇ ਨਾ ਕਿਤੇ ਆ ਜਾ ਸਕਣਾ ਉਦਾਂ ਹੀ ਮੈਂ ਕਿਸੇ ਨੂੰ ਦੱਸਿਆ ਤੇ ਉਹਨਾਂ ਨੇ ਮੇਰੇ ਭਰਾ ਨੇ ਦੱਸਿਆ ਕਿ ਉੱਥੋਂ ਰੱਖਸ਼ਾ ਮਿਲਣ ਡਿਆ ਤੇ ਉਦੋਂ ਲਿਆ ਹੁਣ 4 ਸਾਲ ਹੋ ਗਿਆ ਉਹ ਰੱਖਸ਼ਾ ਟੁੱਟ ਭੱਜਣ ਵਾਲੀ ਹਾਲਤ ਹੋਈ ਆ ਹੁਣ ਇੰਨਾ ਵੀ ਨਹੀਂ ਕਿ ਮੈਂ ਠੀਕ ਕਰਾ ਸਕਾਂ ਜੇ ਮੈਂ ਇਹਨਾਂ ਨੂੰ ਠੀਕ ਕਰਾਵਾਂ ਤੇ ਬੱਚਿਆਂ ਦੀ ਕਿਤਾਬਾਂ ਦਾ ਖਰਚਾ ਉਹ ਫਿਰ ਮੁੱਕ ਜਾਂਦਾ ਐ ਮੈਂ ਬਰਖੇਤੇ ਜਾਣੀ ਜੀਕੇ ਬੈਂਕ ਇੱਥੋਂ ਤੋਂ ਰੰਬਰਸਾ ਰੋਡ ਤੇ ਆ ਤੇ ਉੱਥੋਂ ਲੈ ਕੇ ਜਾਨੀ ਰਖਸ਼ੇ ਤੇ ਆਪਣੇ ਤੇ ਹਾਂਜੀ ਆ ਰਸਤਾ ਬਿਲਕੁਲ ਬੜਾ ਖਰਾਬ ਜੇ ਤੁਹਾਡੇ ਸਾਈਕਲ ਦੀ ਵੀ ਹਾਲ ਹਾਂਜੀ ਬਹੁਤ ਹਾਲਤ ਮਾੜੀ ਆ ਇੱਥੇ ਬੱਚੇ ਨੂੰ ਨਾਲ ਲੈਣਾ ਪੈਂਦਾ ਫੇਰ ਬਾਈਪਾਸ ਨੰਗਣਾ ਪੈਂਦਾ ਆ ਉਸ ਤਾਂ ਇਕੱਲਾ ਤੇ ਜਾਂਦਾ ਕਿ ਕੋਈ ਰਖਸ਼ਾਈ ਉਹ ਜੇ ਜਹ ਹੈਗਾ ਆ ਇੰਨੇ ਕੋਈ ਟੱਪੇ ਕੋਈ ਹਿਸਾਬ ਨਹੀਂ ਤੁਸੀਂ ਕੀ ਜਿਹੜੇ ਗੁਰਸਿੱਖ ਪਰਿਵਾਰ ਜਿਹੜੇ ਐਨਆਰਆਈ ਵੀਰ ਨੇ ਉਹਨਾਂ ਕੋਲ ਕੀ ਤੁਸੀਂ ਮਦਦ ਦੀ ਕੋਈ ਹਰ ਮੰਗ ਮੰਗਣਾ ਚਾਹੁੰਦੇ ਅਸੀਂ ਬਸ ਦੋ ਸਾਈਕਲ ਆ ਕੁੜੀਆਂ ਦੇ ਉਹ ਠੀਕ ਠਾਕ ਹੋ ਜਾਂਦੇ ਮੇਰੇ ਰਕਸ਼ਾ ਮਿਲ ਜੇ ਮੈਨੂੰ ਬਸ ਹੋਰ ਨਹੀਂ ਕੁਝ ਵੀ ਬਾਕੀ ਤੁਹਾਨੂੰ ਪਰਮਾਤਮਾ ਜਹਾ ਹਾਂ ਬਹੁਤ ਵਧੀਆ ਜਰੀ ਹਾਂਜੀ 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 ਬਸ ਇਹ ਵਧੀਆ ਜ਼ਿੰਦਗੀ ਬਤੀਤ ਹੋਣ ਲਈ ਆ ਵਾਹਿਗੁਰੂ ਦੀ ਮਿਹਰ ਸਭ ਕੁਝ ਜੋ ਸੱਚੇ ਪਾਸੇ ਨਿਕਣਾ ਹੋਈ ਹੋਣਾ ਸਾਡੇ ਕੀਤਿਆਂ ਕੁਝ ਨਹੀਂ ਹੋਣਾ ਜੋ ਇਹ ਇਨਾਂ ਸ਼ੁਕਰ ਪਰਮਾਤਮਾ ਦਾ ਧੀਆਂ ਮੇਰੀਆਂ ਨੋਈਆਂ ਨਰਵਈਆਂ ਮਤਲਬ ਉਹਨਾਂ ਨੂੰ ਕੋਈ ਆਪਾਸ ਜਪਨ ਤੇ ਨਹੀਂ ਨਾ ਹੈਗਾ ਇੰਨਾ ਹੀ ਬੜਾ ਆ ਮਾਲਕ ਦੀ ਮਿਹਰ ਆ ਤੇ ਆਪਾ ਹੀ ਚੋਣਾ ਤੇ ਤੁਹਾਨੂੰ ਪਤਾ ਹੀ ਨਾ ਕਿਤੇ ਬੰਦਾ ਜਾ ਸਕਦਾ ਨਾ ਬੰਦਾ ਕਿਤੇ ਆ ਸਕਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਕਿੱਦਾਂ ਜਾਣਾ ਬੜਾ ਮੁਸ਼ਕਲ ਜੋ ਮੀ ਪਿਆ ਜਾਂਦਾ ਉਹ ਕਿੰਨਾ ਚੱਕੜ ਹੋ ਜਾਂਦਾ ਫਿਰ ਉੱਪਰ ਹੀ ਬਹਿ ਕੇ ਕਰਨਾ ਪੈਂਦਾ ਆ ਤੁਹਾਡੀਆਂ ਬੇਟੀਆਂ ਨੇ ਵੈਸੇ ਕਦੇ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਉਹਨਾਂ ਨੇ ਨਹੀਂ ਕਰੀ ਮੈਨੂੰ ਤੰਗ ਕੀਤਾ ਤਾਨੂੰ ਲੱਗਦਾ ਕਿ ਜਿਹੜੀਆਂ ਬੇਟੀਆਂ ਨੇ ਤੁਹਾਡੇ ਬੇਟੀਆਂ ਹਾਂਜੀ ਹਾਂਜੀ ਪੂਰੇ ਲੱਗਦੇ ਆ ਕਿਉਂਕਿ ਉਹ ਮਦਦ ਵੀ ਪੂਰੇ ਕਰ ਹੁੰਦੀਆਂ ਬੇਟਿਆਂ ਵਾਂਗੂ ਜਿਹੜੀ ਆਵਾਜ਼ ਮਾਰਨੀ ਉਸੇ ਵਾਲੇ ਉਹਨਾਂ ਨੇ ਹਾਜ਼ਰ ਹੋ ਜਾ ਤੇ ਮੈਂ ਉਹਨਾਂ ਨਾਲ ਕਰਕੇ ਕੱਪੜੇ ਸੁੱਕਣੇ ਪਾਓ ਕੱਪੜੇ ਮੈਂ ਆਪ ਤੋਂ ਨਹੀਂ ਸਾਰਾ ਕੰਮ ਆਪ ਕਰ ਲੈਣੀ ਆ ਜਿਹੜਾ ਮੇਕੋ ਨਹੀਂ ਉਹ ਫਿਰ ਮੈਂ ਕੁੜੀਆਂ ਕੋ ਕਰੰਨੀ ਆ ਤੇ ਘਰ ਦਿੰਦੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਜਿਹੜੇ ਉਹਨਾਂ ਦੇ ਸਾਈਕਲ ਦੇ ਤੇ ਉਹ ਉਹਨਾਂ ਦੇ ਦੁਕਾਨ ਕੀ ਸਾਈਕਲ ਦੀ ਕੰਡੀਸ਼ਨ ਕਿੰਨੀ ਮਾੜੀ ਐ ਐਨ ਆਰ ਆਈ ਭਰਾਵਾਂ ਨੂੰ ਉਹ ਅਪੀਲ ਕਰਦੇ ਨੇ ਕਿ ਸਾਨੂੰ ਸਿਰਫ ਬੱਚਿਆਂ ਵਾਂਗ ਤਾਂ ਸਾਈਕਲ ਤੇ ਟਰਾਈਸਾਈਕਲ ਜਿਹੜਾ ਨਾ ਮੇਰੇ ਵਾਸਤੇ ਉਹਦੇ ਵਾਸਤੇ ਉਹ ਮਦਦ ਦੀ ਗੁਹਾਰ ਲਗਾਉਂਦੇ ਨੇ ਬਾਕੀ ਉਹ ਉਹਨਾਂ ਦਾ ਕਹਿਣਾ ਹੈ ਕਿ ਪ੍ਰਮਾਤਮਾ ਦੀ ਬਹੁਤ ਕਿਰਪਾਏ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜਾ ਸਾਡਾ ਘਰ ਦਾ ਗੁਜ਼ਾਰਾ ਚੱਲ ਰਿਹਾ ਏ ਤੇ ਬੜੀ ਕਿਰਪਾਏ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਮੇਰਾ ਜਿਹੜਾ ਨਾਲ ਦੇ ਨਾਲ ਮੈਰਿਜ ਹੋਈ ਏ ਅੱਜ ਤੱਕ ਕਦੇ ਉਹਨਾਂ ਨੇ ਮੈਨੂੰ ਐਨੀ ਗੱਲ ਨਹੀਂ ਕਹੀ ਕਿ ਤੁਸੀਂ ਪਾਹੀ ਜੋ ਜਾਂ ਐਦਾਂ ਜੋ ਵੀ ਉਹਨਾਂ ਨੇ ਕਿਹਾ ਕਿ ਵੱਡ ਵਡੇਰਿਆਂ ਨੇ ਜੋ ਉਹਨਾਂ ਨੇ ਕਿਹਾ ਸੀਗਾ ਕਿ ਵੱਡ ਵਡੇਰਿਆਂ ਦੀ ਗੱਲ ਉਹਨਾਂ ਨੇ ਮੰਨੀ ਤੇ ਇਸ ਭੈਣ ਨਾਲ ਉਹਨਾਂ ਨੇ ਮੈਰਿਜ ਕੀਤੀ ਗੱਲਬਾਤ ਕਰਦੇ ਆ ਗੁਰਸਿੱਖ ਪਰਿਵਾਰ ਦੀ ਜਿਹੜੀ ਬੇਟੀ ਏ ਉਹ 6 ਕਿਲੋਮੀਟਰ ਦੂਰ ਜਿਹੜੇ ਪੈਦਲ ਜਾਂਦੇ ਨੇ ਉਹਨਾਂ ਨਾਲ ਗੱਲ ਕਰਦੇ ਕਿ ਉਹ ਕਿੱਦਾਂ ਜਾਂਦੇ ਨੇ ਤੇ ਕੀ ਉਹਨਾਂ ਦੀ ਮਜਬੂਰੀ ਹੈ ਮੇਰਾ ਨਾਮ ਲਾਪ੍ਰਿਤ ਕੋਹਰੇ ਮੈਂ ਪਲੱਸ 1 ਪੜ੍ਹਦੀ ਆਂ ਤੇ ਮੈਂ ਸਾਈਕਲ ਤੇ ਜਾਣੀ ਸਾਈਕਲ ਖਰਾਬ ਹੋ ਗਿਆ ਸੋ ਜਸਟ ਐਸਾ ਮੈਂ ਪੈਦਲ ਜਾਣੀ ਆ ਤੇ ਮੇਰੀ ਕਜ਼ਨ ਵੀ ਨਾਲੇ ਜਾਂਦੀ ਆ ਫਿਰ ਤੁਹਾਨੂੰ ਇਕੱਠੇ ਜਾਣੇ ਆ ਤੇ ਤੁਸੀਂ ਕੀ ਬੰਨਾ ਚਾਹੁੰਦੇ ਤੁਹਾਨੂੰ ਲੱਗਦਾ ਹੈ ਕਿ ਆਪਾਂ ਜਿੱਦਾਂ ਸਾਡੇ ਪਰਿਵਾਰ ਦੇ ਮਾਪਿਓ ਮੇਰੇ ਮੈਂ ਉਹਨਾਂ ਦੇ ਵਾਸਤੇ ਕੁਝ ਕਰਨਾ ਚਾਹੁੰਦਾ ਕੀ ਜਜ਼ਬਾ ਤੁਹਾਡਾ ਮੈਂ ਚੋਣੀ ਆ ਕਿ ਮੈਂ ਪੰਜਾਬ ਪੁਲਿਸ ਬਣਾ ਤਾਂਕਿ ਆਪਣੇ ਮਾਪਿਓ ਨੂੰ ਇੱਕ ਵਧੀਆ ਲਾਈਫ ਦੇ ਸਕਾਂ ਕਵਧੀਆ ਲਾਈਫ ਦੇ ਸਕਦਾ ਤਾਂ ਜੋ ਉਹ ਵੀ ਇੱਕ ਪ੍ਰਾਊਡ ਵਾਲੀ ਜ਼ਿੰਦਗੀ ਬਤੀਤ ਕਰ ਸਕਣ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਲੋਕੀ ਬੇਟੀ ਕਹਿੰਦੇ ਨੇ ਕਿ ਬੇਟੀ ਤੇ ਬੇਟਾ ਹੋਣਾ ਚਾਹੀਦਾ ਬੜੀ ਬੜੀ ਕਹਿੰਦੇ ਨੇ ਲੋਕ ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਹੈ ਕਿ ਆਪਾਂ ਬੇਟੇ ਤੋਂ ਵੀ ਵੱਧ ਕੇ ਕੁਝ ਕਰਕੇ ਦਿਖਾਵਾਂਗੇ ਬੰਨਾ ਚਾਹੁੰਦੇ ਤੁਸੀਂ ਮੈਂ ਇੱਕ ਪੰਜਾਬ ਪੁਲਿਸ ਪੁਲਿਸ ਆਫੀਸਰ ਬੰਨਾ ਚਾਹੁੰਨੀ ਹਾਂ ਤਾਂ ਕਿ ਮੈਂ ਇਹਨਾਂ ਸਾਰਿਆਂ ਦਾ ਮੂੰਹ ਬੰਦ ਕਰ ਸਕਾਂ ਜੋ ਕਹਿੰਦੇ ਕਿ ਤੀਆਂ ਕੁਝ ਨਹੀਂ ਕਰ ਸਕਦੀਆਂ ਸਾਰਿਆਂ ਲਈ ਜੋ ਨਿਯਮ ਹੈ ਜੋ ਨਿਯਮ ਹੈ ਕਿ ਹਰ ਇੱਕ ਕੁੜੀ ਜੋ ਘਰ ਦੇ ਕੰਮ ਕਰਦੀ ਹੋ ਉਹ ਇੱਕ ਹਾਊਸ ਵਾਈਫ ਨਹੀਂ ਇੱਕ ਵਧੀਆ ਜੌਬ ਕਰੇ ਤਾਂ ਕਿ ਆਪਣੇ ਘਰ ਦੇ ਹਾਲਾਤ ਠੀਕ ਬਣਾ ਸਕੇ ਤੁਸੀਂ ਇਹ 6 ਕਿਲੋਮੀਟਰ ਪੈਦਲ ਜਾਂਦੇ ਹੋ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਲੇਟ ਵੀ ਹੋ ਜਾਂਦੇ ਸਕੂਲ ਤੁਹਾਨੂੰ ਸਕੂਲ ਤੋਂ ਕੋਈ ਗੱਲ ਵੀ ਟੀਚਰ ਕਰਦੇ ਆ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਸਾਡੇ ਹਾਲਾਤ ਐਦਾਂ ਦੇ ਸਾਈਕਲ ਦੀ ਸਾਨੂੰ ਜ਼ਰੂਰਤ ਹੈ ਤੁਹਾਨੂੰ ਲੱਗਦਾ ਨਹੀਂ ਐਦਾਂ ਹਾਂ ਮਤਲਬ ਕਦੇ ਕਿਦਾਂ ਹੀ ਫੀਲ ਹੁੰਦਾ ਵਾ ਕਿ ਕਿਸਾ ਸਕੂਲ ਦੂਰ ਹੈ ਤੇ ਲੇਟ ਹੋ ਜਾਈਦਾ ਬਟ ਫਿਰ ਵੀ ਟਰਾਈ ਕਰੀਦਾ ਕਿ ਛੇਤੀ ਪਹੁੰਚ ਜਾਈਏ ਸਕੂਲ ਕਰੋ ਛੇਤੀ ਤੁਰਿਏ ਤੇ ਛੇਤੀ ਸਕੂਲ ਪਹੁੰਚ ਜਾਈਏ ਤੁਸੀਂ ਤੁਸੀਂ ਇਹਨਾਂ ਰਹੀ ਭਰਾਵਾਂ ਨੂੰ ਮਦਦ ਦੀ ਗੁਹਾਰ ਲਾਉਂਦੇ ਹੋ ਕਿ ਸਾਨੂੰ ਸਾਈਕਲ ਦੀ ਜ਼ਰੂਰਤ ਹੈ ਤੁਸੀਂ ਆਪਣਾ ਨੰਬਰ ਫਲੈਸ਼ ਕਰ ਦਿਓ ਸਾਡਾ ਫੋਨ ਨੰਬਰ ਹੈ 6283123909 6283123909 ਮੈਂ ਐਨ ਆਰ ਆਈ ਵੀਰਾਂ ਨੂੰ ਕਹੂੰਗਾ ਕਿ ਇਹਨਾਂ ਦੀ ਜਰੀਏ ਮਦਦ ਕੀਤੀ ਜਾਵੇ ਕਿਉਂਕਿ ਗੁਰਸਿੱਖ ਪਰਿਵਾਰ ਹੈ